ਸਿਦਕ ਦਾ ਪਲੜਾ ਬਹੁਤ ਹਲਕਾ ਜੇ ਤੇਰੀਆਂ ਬਖਸ਼ਿਸ਼ਾਂ ਨਾਲ ਇਹਨੂੰ ਤੋਲੀਏ ਨਾ ਦੇ ਦੇ ਹੌਸਲਾ ਦਿੱਲੀ ਵਾਲਿਆਂ ਨੂੰ ਹਰ ਹਾਲ ਰਾਜ਼ੀ ਰਹੀਏ ਟੋਲੀਏ ਫਨਕਾਰਾਂ ਨੂੰ ਮੈਂ ਸੁਣ ਕੇ ਆਪਾਂ ਭਰਦਾ ਹਾਂ ਸਭ ਕੁਝ ਕਹਿ ਕੇ ਸ਼ਾਇਰ ਜੋ ਮੈਂ ਕਹਿਣ ਦੀ ਕੋਸ਼ਿਸ਼ ਕਰਦਾ ਹਾਂ ਖਿਆਲ ਤਾਂ ਸਾਰੇ ਉਹੀ ਨੇ ਬਸ ਵੱਖਰਾ ਜਿਹਾ ਤਰੀਕਾ ਏ ਅਸੀਂ ਅਜ਼ਲ ਤੋਂ ਜ਼ਾਹਿਰ ਸੀ ਉਹਨਾਂ ਤੋਂ ਲਿਆ ਸਲੀਕਾ ਏ ਬਾਗ ਉਹਨਾਂ ਨੇ ਲਾਏ ਸੀ ਮੈਂ ਤਾਂ ਜਾ ਕੇ ਬਸ ਚੜਦਾ ਹਾਂ ਬੜੇ ਬੜੇ ਫਨਕਾਰਾਂ ਨੂੰ ਮੈਂ ਸੁਣ ਕੇ ਆਪਾਂ ਭਰਦਾ ਹਾਂ ਸ਼ਾਲਾ ਮੈਨੂੰ ਵਰਦੇ ਬਣੋ ਪਾਕ ਜਿਹੀ ਫਨਕਾਰੀ ਦਾ ਮੈਨੂੰ ਵੀ ਤਾਂ ਦੱਸਣ ਕਿੱਦਾਂ ਕਲਾ ਦਾ ਮਹਿਲ ਉਸਾਰੀ ਦਾ ਸਿਰ ਤੇ ਰੱਖਣ ਹੱਥ ਮੈਂ ਜਾ ਕੇ ਕਦਮਾਂ ਤੇ ਸਿਰ ਧਰਦਾ ਹਾਂ ਬੜੇ ਬੜੇ ਫਨਕਾਰਾਂ ਨੂੰ ਮੈਂ ਸੁਣ ਕੇ ਆਪਾਂ ਭਰਦਾ ਹਾਂ ਸਭ ਕੁਝ ਕਹਿ ਕੇ ਸ਼ਾਇਰ ਜੋ ਮੈਂ ਕਹਿਣ ਦੀ ਕੋਸ਼ਿਸ਼ ਕਰਦਾ ਹਾਂ ਅਭੀ ਮੀਆਂ ਗਾਲਿਬ ਕਾ ਕੀ ਇੱਕ ਲਾਈਨ ਹਮਨੇ ਗਾਈ ਕਿ ਗਾਲਿਬ ਨਾ ਕਰ ਹਜ਼ੂਰ ਮੇਂ ਤੂੰ ਬਾਰ ਬਾਰ ਅਰਜ਼ ਜ਼ਾਹਿਰ ਹੈ ਤੇਰਾ ਹਾਲ ਉਨ ਪਰ ਕਹੇ ਬਗੈਰ ਤੋ ਯੇ ਇਤਫਾਕਨ ਸਭ ਕੌਨਸ਼ੀਅਸਲੀ ਮੇਰੀ ਸ਼ਾਇਰ ਮੇਂ ਕੈਸੇ ਆਇਆ ਜਦੋਂ ਪਤਾ ਉਹ ਦਿਲਾਂ ਦੀਆਂ ਜਾਣਦਾ ਏ ਜਦੋਂ ਪਤਾ ਉਹ ਦਿਲਾਂ ਦੀਆਂ ਜਾਣਦਾ ਏ ਬਾਰ ਬਾਰ ਫੇ ਸੱਜਣਾ ਬੋਲੀਏ ਨਾ ਮੈਨੇ ਸਬਸੇ ਸ਼ੁਰੂ ਮੇਂ ਕਹੀ ਕਿ ਤੂੰ ਸਿੱਖ ਸਰਤਾਜ ਵੇ ਸ਼ੁਕਰ ਕਰਨਾ ਐਵੇਂ ਹੱਥਾਂ ਦੀਆਂ ਲੀਕਾਂ ਫਰੋਦੀਏ ਅਸੀਂ ਰਾਹੀ ਭੁੱਲੇ ਭਟਕੇ ਸਾਡੇ ਢੰਗ ਤਰੀਕੇ ਚੱਕੇ ਜੀ ਕਈ ਤੋਂ ਰੱਗ ਜੈਟ ਕੇ ਪਾ ਦਿਓ ਸਾਡੇ ਸਾਨੂੰ ਹੋਈ ਥਕਾਵਟ
ਆਸਾਨੂੰ ਹੋਈ ਥਕਾਵਟ, ਹਿੰਮਤ ਵਿੱਚ ਆਈ ਗਿਰਾਵਟ, ਆ PhD ਬਣੀ ਰੁਕਾਵਟ। ਪੰਜਾਬ ਕੇ ਸ਼ਾਇਰ ਮੋਹਨ ਸਿੰਘ ਲਿਖਦੇ ਹੈ ਕਿ ਮੈਂ ਪੜ੍ਹਦਾ ਜਾਵਾਂ ਢੇਰ ਕੁੜੇ, ਮੇਰਾ ਵੱਧਦਾ ਜਾਏ ਹਨੇਰ ਕੁੜੇ। ਜਦੋਂ ਸਾਡੇ ਵਰਗੇ ਬੰਦੇ ਜ਼ਿਆਦਾ ਪੜ੍ਹਦਾ ਨੇ, ਸਾਨੂੰ ਲੱਗਦਾ ਸਾਨੂੰ ਸਾਰਾ ਕੁਛ ਹੀ ਪਤਾ, ਪਰ ਇੱਕ ਨੁਕਤੇ ਦੀ ਬਾਤ ਹੋਵੇ, ਨਾਮ ਸਰਤਾਜ ਰੱਖਿਆ ਭਾਵੇਂ ਮਾਸੇ ਦੀ ਔਕਾਤ ਹੋਵੇ। ਇਸ ਕਰਕੇ ਆ ਸਾਨੂੰ ਹੋਈ ਥਕਾਵਟ, ਹਿੰਮਤ ਵਿੱਚ ਆਈ ਗਿਰਾਵਟ, ਆ ਬੇਇਲਮੀ ਬਣੀ ਰੁਕਾਵਟ, ਨੈਣੀ ਡਰਕੇ ਮੌਲਾ ਜੀ। ਜ਼ਰਾ ਜੋਸ਼ ਨੂੰ ਲਾ ਕੇ ਅੱਡੀ, ਸ਼ਰਧਾ ਨੂੰ ਕਰਕੇ ਵੱਡੀ। ਮੇਰੇ ਲਈ ਜਿਹੜਾ ਧਰਮ ਹੈ, ਮਜ਼ਹਬ ਹੈ, ਉਹ ਸ਼ਰਧਾ ਦਾ ਨਾਮ ਹੈ। ਜਿੱਥੇ ਤੁਹਾਡੀ ਸ਼ਰਧਾ, ਉੱਥੇ ਤੁਹਾਡਾ ਮਜ਼ਹਬ ਹੈ, ਉੱਥੇ ਤੁਹਾਡਾ ਰੱਬ ਹੈ। ਹਾਂ ਹੁਣ ਹੋ ਗਈ ਬੜੀ ਖੁਆਰੀ ਜੀ, ਜਦ ਜਦ ਵੀ ਆਉਂਦੀ ਲਾਰੀ ਜੀ, ਅਸੀਂ ਰਹਿ ਜਾਈਏ ਹਰ ਵਾਰੀ, ਪਰ ਸਵਾਰੀ ਰੁਕਣਾ ਨਹੀਂ, ਬੜਾ ਇੱਧਰ ਉੱਧਰ ਦੌੜੇ, ਹੁਣ ਸਾਨੂੰ ਕੁਝ ਨਾ ਔੜੇ, ਕੋਈ ਕਰਨੀ ਵਾਲਾ ਪੌੜੇ, ਇੰਜ ਖਲ ਜੱਗਣ ਮੁੱਕਣਾ ਨਹੀਂ। ਹਜ਼ਰਾ ਜੋਸ਼ ਨੂੰ ਲਾ ਕੇ ਅੱਡੀ, ਸ਼ਰਧਾ ਨੂੰ ਕਰਕੇ ਵੱਡੀ, ਅਸੀਂ ਗੱਡੀ ਤੇ ਅੱਖ ਗੱਡੀ ਜਾਣਾ, ਚੜ੍ਹ ਕੇ ਮੌਲਾ ਜੀ, ਚੜ੍ਹ ਕੇ ਮੌਲਾ ਜੀ। ਇਹ ਚਿਮਟਿਆਂ ਨਾਲ ਹੀ ਮਸਤੀਆਂ ਨੇ, ਜਾਗੇ ਰੂਹ ਜਦ ਪਾਉਂਦਾ ਏ ਸ਼ੋਰ ਚਿੰਤਾ, ਇਹ ਤਾਂ ਨੈਣਾਂ ਨੂੰ ਲਾਲੀਆਂ ਬਖਸ਼ਦਾ ਏ, ਇਹ ਤਾਂ ਜਜ਼ਬਿਆਂ ਨੂੰ ਦਿੰਦਾ ਜ਼ੋਰ ਚਿਮਟਾ, ਇਹਦੀ ਛਮ ਛਮ ਦਾ ਨਸ਼ਾ ਸ਼ਰਾਬ। ਇਹ ਦਿੱਲੀ ਕਹੇ ਸਰਤਾਜਾ, ਤੇਰਾ ਕਿਣ ਸੁਣਨਾ ਵਾਜਾ। ਜਦੋਂ ਅਸੀਂ ਹੋਟਲ ਤੋਂ ਚੱਲਣ ਲੱਗੇ, ਕਹਿੰਦੇ ਬਾਰਿਸ਼ ਸ਼ੁਰੂ ਹੋ ਗਈ ਆ, ਸ਼ਾਇਦ ਪਤਾ ਨਹੀਂ ਕੌਂਸਰਟ ਹੋਵੇ ਕਿ ਨਾ ਹੋਵੇ, ਅਤੇ ਬਾਰਿਸ਼ ਦਾ ਜਿਹੜਾ ਪੀਰਾਂ ਨੂੰ ਖਵਾਜਾ ਪੀਰ ਕਹਿੰਦੇ ਆ ਇਸਲਾਮ ਦੇ ਵਿੱਚ, ਅਤੇ ਕਿੱਦਾਂ ਗੱਲ ਜੁੜੀ। ਇਹ ਦਿੱਲੀ ਕਹੇ ਸਰਤਾਜਾ, ਤੇਰਾ ਕਿਣ ਸੁਣਨਾ ਵਾਜਾ, ਓਏ ਅੱਜ ਗੁੱਸੇ ਤੇਰਾ ਖੋਆ ਜਾ, ਦਿਲ ਧੜਕੇ ਮੌਲਾ ਜਾ, ਧੜਕੇ ਮੌਲਾ ਜਾ। ਜੋ ਰਹੀ ਭੁੱਲੇ ਭੱਟਕੇ ਸਾਡੇ।